11:10 ਹੋ ਗਏ ਆ ਤੇ ਅੱਜ ਹੈਗਾ ਸੰਡੇ ਤੇ ਕੁੜੀ ਸਾਡੀ ਅੱਜ ਡਿੱਗ ਪਈ ਨੜਦੀ ਨੜਦੀ ਥੱਲੇ ਡਿੱਗ ਪਈ ਤੇ ਗੋਡੇ ਤੇ ਲੱਗੀ ਸੱਟ ਤੇ ਹੁਣ ਰੋਂਦੀ ਪਈ ਸੀ। ਚਲੋ ਚੁੱਪ ਕਰਾ ਲਈ ਆ। ਹਾਂਜੀ ਕਰੋ ਬਲੌਗ ਸ਼ੁਰੂ ਜੀ, ਇੱਕ ਮਿੰਟ। ਚਲੋ ਤੁਸੀਂ ਭਾਂਡੇ ਲੈ ਕੇ ਚਲੋ ਅੰਦਰ। ਤੇ ਹੁਣ ਅਸੀਂ ਲੱਗੇ ਹਾਂ ਜੀ ਰੋਟੀ ਖਾਣ ਤੇ ਇੱਧਰ ਮੈਨੂੰ ਲੱਗਦਾ ਆਂਟੀ ਆ ਗਏ ਅੱਜ। ਠੀਕ ਹੈ ਜੂਸ ਕੱਢ ਲੈਣਾ ਸੀ। ਠੀਕ ਹੈ ਜੀ, ਤੇ ਮਨਪ੍ਰੀਤ ਮਸ਼ੀਨ ਕੱਢ, ਜੂਸ ਕੱਢੀਏ ਮਸਮੀਆਂ ਦਾ ਪਹਿਲਾਂ। ਹਾਂ ਇਹ ਤਾਂ ਵਾਕਈ ਜੂਸ ਕੱਢਿਆ ਪਿਆ, ਕੀ ਕਰੂਗਾ ਵਿਚਾਰਾ ਇਹ ਟੀਵੀ ਲਾ। ਤੇ ਲਓ ਜੀ ਇੱਧਰ ਰੋਟੀ ਸ਼ੁਰੂ ਵੀ ਹੋ ਗਈ ਆ, ਕਿਉਂਕਿ ਇਹਨੇ ਖਾਣੀ ਹੁੰਦੀ ਸਾਡੇ ਤੋਂ, ਇਹਨੇ ਖਾਣੀ ਹੁੰਦੀ ਸਾਡੇ ਤੋਂ ਅਲੱਗ, ਕੱਲੀ ਨੇ ਖਾਣੀ ਗੋਭੀ ਵਾਲੀ। ਉੱਧਰ ਲਾ ਲਾ ਯਾਰ, ਉੱਥੇ ਲਾਵਾਂ ਉੱਥੇ ਨਹੀਂ ਲੱਗਣਾ ਹੈਗਾ ਇਹ। ਤੇ ਚਲੋ ਅਸੀਂ ਰੋਟੀ ਪਾਣੀ ਖਾਣ ਲੱਗੇ ਹਾਂ ਤਾਂ ਇੱਧਰ ਹੜਦਾਣੇ ਇੰਨੇ ਲੱਗੇ ਹੋਏ, ਉਹਦੇ ਵਿੱਚ ਹੋਰ ਤੁੰਨੀ ਜਾਂਦਾ ਆ। ਉਹ ਦੇਖੋ ਉਹ ਪਿਆ ਆ ਉੱਥੇ ਲਾ ਜਾ ਕੇ, ਜਿਹੜੇ ਚਾਰ ਚੂਰਜ ਕਰਨੇ ਆਪਣੇ ਤੋਂ। ਆਹੋ ਹਾਂ, ਹਰਮਨ ਰਾਮਗੜੀਆ ਇਲੈਕਟ੍ਰੀਸ਼ੀਅਨ ਵੀ ਹੈਗਾ ਆ। ਹੁਣ ਪਤਾ ਨੀ ਕੀ ਕਰਦੀਆਂ ਪਈਆਂ ਰਸੋਈ ਚ, ਬਸ ਭਾਂਡੇ ਭੁੰਡੇ ਲੈ ਕੇ ਦਹੀਂ ਦੁਹੀਂ ਲੈ ਕੇ ਆ ਰਹੀਆਂ। ਇਹਦੇ ਹੈ ਇਹ ਹੱਡੀਆਂ ਆ, ਤੈਨੂੰ ਥੋੜਾ ਫਰਕ ਪੈਣਾ ਆ, ਤੈਨੂੰ ਥੋੜਾ ਫਰਕ ਪੈਣਾ। ਚਲੋ ਠੀਕ ਆ ਜੀ, ਮਿਲਦੇ ਹਾਂ ਰੋਟੀ ਪਾਣੀ ਖਾ ਕੇ। ਤਾਂ ਅੱਜ ਸੰਡੇ ਹੈਗੇ, ਦੇਖਦੇ ਹਾਂ ਅੱਜ ਕਿੱਥੇ ਦਾ ਪ੍ਰੋਗਰਾਮ ਬਣਦਾ, ਕੋਈ ਨਾ ਕੋਈ ਤਾਂ ਪ੍ਰੋਗਰਾਮ ਬਣਨਾ ਹੀ ਅੱਜ। ਇਹ ਹੱਡੀਆਂ ਹੀ ਤਾਂ ਹੈਗੀਆਂ ਆ, ਤੈਨੂੰ ਥੋੜਾ ਫਰਕ ਪੈਣਾ। ਉਹਨਾਂ ਦੇ ਮਾਸ ਆ, ਮਾਸ ਨੂੰ ਮਾਸ, ਤੇਰੀਆਂ ਹੱਡੀਆਂ ਆ। ਫਿਰ ਰਾਤੀ ਇਹਨੂੰ ਕਿਹਾ ਕੜਾ ਲਾ ਕੇ ਸੋਣਾ ਆ, ਹੋਰ ਇਹ ਨਾ ਹੋਵੇ। ਅੱਛਾ ਕੜਾ ਵੀ ਐਡਾ ਮੋਟਾ ਕੜਾ, ਹੋਰ ਇਹ ਹੋਵੇ ਫਿਰ ਰਾਤ ਨੂੰ ਮੈਂ ਕਿਹਾ ਤੂੰ ਇਹ ਹੱਥ ਮਾਰੇ ਤੇ ਮਾਤਾ ਦੇ ਸਿਰ ਤੇ ਮਾਰਿਆ ਹੋਵੇ ਤੇ ਮਾਂ ਸਵੇਰੇ ਦੇਖੀਏ ਮਾਤਾ ਖੂਨੋ ਖੂਨ ਹੋਈ ਹੋਵੇ। ਫਿਰ ਅਸੀਂ ਇਹਨੂੰ ਕਿਹਾ ਵੀ ਜਦੋਂ ਰਾਤ ਨੂੰ ਥੋੜਾ ਕੜਾ ਲਾ ਕੇ ਸੋਣਾ, ਫਿਰ ਉਸ ਤੋਂ ਬਾਅਦ ਕੜਾ ਲਾ ਕੇ ਸੋਂਦਾ ਆ ਹੁਣ ਇਹ। ਹਾਂ ਨਹੀਂ ਨਹੀਂ ਹੁਣ ਕੜਾ ਨੀ ਮਾਰਦਾ, ਕੋਈ ਕੜਾ ਲਾ ਕੇ ਸੋਂਦਾ ਇਹ। ਮੁੰਡੇ ਕਿੱਦਾਂ ਲੱਗੀ ਰੋਟੀ? ਇਹ ਆਹ ਕਵਿਤਾ ਹੋ ਗਈ ਨਹੀਂ, ਮੋਟੀ ਕੈਸੀ ਲੱਗੀ ਰੋਟੀ ਹੈ? ਆਹੋ ਚਲੋ ਠੀਕ। ਉਹ ਤੂੰ ਇਹ ਕਰ ਸ਼ੁਕਰ ਇੱਧਰ, ਇਹ ਸ਼ੁਕਰ ਕਰ ਵੀ ਇਹ ਰੋਟੀ ਸਾਡੇ ਨਾਲ ਬਹਿ ਕੇ ਖਾਣ ਲੱਗੀ ਆ, ਨਹੀਂ ਤਾਂ ਇਹਨੇ ਉੱਧਰ ਕਮਰੇ 'ਚ ਬਹਿ ਖਾਣੀ ਸੀ ਆਪਣੇ। ਚਲੋ ਠੀਕ ਆ ਜੀ, ਮਿਲਦੇ ਆ ਰੋਟੀ ਪਾਣੀ ਖਾ ਕੇ। ਹੁਣ ਜੀ ਕੀ ਕਰਦੇ ਆ, ਕਹਿੰਦੇ ਨਾਪਣਾ ਵੀ ਕੌਣ ਵੱਡਾ ਤੇ ਕੌਣ। ਉਹ ਦੇਖੋ ਉਹ ਦੇਖੋ ਤੰਨੇ, ਉਹ ਦੇਖੋ ਪੱਲੂ ਦੇਖੋ। ਲਓ ਜੀ
ਆ ਨਾਰਮਲ ਖੜੇ ਹੋ ਗਏ ਜੀ ਅਮਰ ਅਕਬਰ ਐਂਥਨੀ ਆ ਮੋੜ ਲਾ ਲਿਆ ਅਲਾ ਬਣਾਈ ਯਾਰ ਬਲੋਗ ਤੂੰ ਬਣਾਈ ਲਓ ਜੀ ਅੱਗੇ ਪੁੱਟੇ ਕੰਮ ਕੱਢ ਵੱਡਾ ਵੱਡਾ ਪੌੜੀਆਂ ਬਣੀਆਂ ਆ ਹਾਂਜੀ ਲਓ ਜੀ ਇੱਧਰ ਹੋ ਗਏ ਤਿਆਰ ਇੱਧਰ ਹੋ ਰਹੇ ਆ ਕੁੜਤਾ ਤੇਰਾ ਬਹੁਤ ਵਧੀਆ ਆ ਕੁੜਤਾ ਦੋਨਾਂ ਨੇ ਸੇਮ ਕੁੜਤਾ ਪਾਇਆ ਪਰ ਰੰਗ ਦਾ ਫਰਕ ਆ ਅਤੇ ਇੱਕ ਭੱਜ ਗਿਆ ਅਤੇ ਹੁਣ ਆਪਾਂ ਤਿਆਰੀ ਹਰਮਨ ਨੇ ਜਾਣਾ ਨੇਗਾ ਮਾਤਾ ਵੀ ਸਾਡੀ ਹੋ ਗਈ ਆ ਤਿਆਰ ਅਤੇ ਸ਼ਰਟ ਹੋ ਰਹੀ ਆ ਮੇਰੀ ਪ੍ਰੈਸ ਅਤੇ ਹਰਮਨ ਚਲਾ ਗਿਆ ਜਲੰਧਰ ਉਹਦੇ ਕਿਸੇ ਫਰੈਂਡ ਨੇ ਆਉਣਾ ਸੀਗਾ ਲੁਧਿਆਣੇ ਤੋਂ ਅਤੇ ਇਸ ਕਰਕੇ ਫਿਰ ਉਹਨੇ ਸਾਡੇ ਨਾਲ ਜਾਣਾ ਨਹੀਂ ਤਾਂ ਅਸੀਂ ਅੱਜ ਜਾ ਰਹੇ ਹਾਂ ਜੀ ਅਸੀਂ ਜਾ ਰਹੇ ਹਾਂ ਤਲਨ ਸਾਹਿਬ ਗੁਰਦੁਆਰਾ ਮੱਥਾ ਟੇਕਣ ਠੀਕ ਹੈ ਜੀ ਕਾਫੀ ਚਿਰ ਤੋਂ ਪ੍ਰੋਗਰਾਮ ਬਣਦਾ ਸੀ ਆਪਣਾ ਕਿੰਨੀ ਦੇਰ ਹੋ ਗਈ ਸੀਗੀ 3 ਮਹੀਨੇ 2 ਮਹੀਨੇ ਹੋ ਚਲੇ ਹੈ ਨਾ ਹਰ ਸੰਡੇ ਜਾਂ ਮੀਂਹ ਜਾਂ ਕੋਈ ਘਰ ਆ ਗਿਆ ਜਾਂ ਕੋਈ ਕੋਈ ਨਾ ਕੋਈ ਗੱਲ ਹੋ ਜਾਂਦੀ ਸੀਗੀ ਅਤੇ ਜਾ ਨਹੀਂ ਸੀ ਹੁੰਦਾ ਸਾਡੇ ਕੋਲ ਅਤੇ ਹੁਣ ਅਸੀਂ ਚੱਲੇ ਹਾਂ ਜੀ ਅੱਜ ਫਾਈਨਲੀ ਸਾਡਾ ਮਿਸ਼ਨ ਸਕਸੈਸਫੁਲ ਹੋ ਚੱਲਾ ਆ ਤਲਨ ਸਾਹਿਬ ਜਾਣ ਦਾ ਅਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਗੱਡੀ 'ਚ ਅਤੇ ਮੰਮਾ ਅਤੇ ਦਾਦੀ ਹਾਲੇ ਤੱਕ ਆਏ ਨਹੀਂ ਹੈਗੇ ਉਹ ਆ ਰਹੇ ਆ ਅਤੇ ਫਿਰ ਹੁਣ ਆਪਾਂ ਚੱਲੇ ਤਲਨ ਸਾਹਿਬ ਹੈਨਾ ਹਾਂ ਲੱਭੜਾ ਲਓ ਜੀ ਇਹ ਦੋਨੋਂ ਜਣੀਆਂ ਪਹਿਲਾਂ ਆ ਗਈਆਂ ਆ ਇੱਧਰ ਦੇਖ ਸੋਹਣੀ ਕਿਉਂ ਲੱਗਣ ਡਈ ਤੂੰ ਸੋਹਣੀ ਕਿਉਂ ਲੱਗਦੀ ਬਈ ਲਓ ਜੀ ਇੱਧਰ ਮਨਪ੍ਰੀਤ ਕੌਰ ਜੀ ਵੀ ਸਾਡੀ ਆ ਗਈ ਆ ਹਰ ਬਦਰ ਫੜੋ ਬਈ ਤੇ ਲਓ ਜੀ ਦਾਦੀ ਕਿੱਧਰ ਉੱਧਰ ਆਏ ਆ ਉਹ ਧੁੱਪ ਬਦਲ ਜਾਣੀ ਆ ਰੁਮਾਲ ਡਿੱਗ ਗਿਆ ਪਹਿਲਾਂ ਹੀ ਸਾਡਾ ਹਮੇਸ਼ਾ ਹੀ ਇਹ ਹੁੰਦਾ ਹਾਲ ਆਹ ਖੋਲੋ ਨਾ ਚਲੋ ਠੀਕ ਆ ਜੀ ਚੱਲਦੇ ਆ ਹੁਣ ਰੁਮਾਲ ਤਾਂ ਪਹਿਲਾਂ ਡਿੱਗਦਾ ਡਿੱਗਣਾ ਹੀ ਹੁੰਦਾ ਜੀ ਸਾਡਾ ਹਮੇਸ਼ਾ ਹੀ ਡਿੱਗਣਾ ਹੁੰਦਾ ਆ ਚਲੋ ਠੀਕ ਆ ਜੀ ਮਿਲਦੇ ਹੁਣ ਪਹੁੰਚ ਗਏ ਉੱਥੇ ਹਾਂਜੀ ਲਓ ਜੀ ਆ ਗਏ ਪਹੁੰਚ ਗਏ ਆ ਜੀ ਆਪਾਂ ਇੱਥੇ ਜ਼ਿਆਦਾ ਨਹੀਂ ਬਣਾਉਣਾ ਵਲੋਗ ਹੈ ਥੋੜ੍ਹਾ ਹੀ ਬਣਾਉਣਾ ਆਪਾਂ ਬਸ ਹਾਂ ਜੀ ਸੰਡੇ ਆ ਸੰਡੇ ਨੂੰ ਰਸ਼ ਬਹੁਤ ਹੁੰਦਾ ਆ ਸ਼ੋਪਿੰਗ ਸ਼ੋਪਿੰਗ ਹੋ ਰਹੀ ਆ ਜੀ ਹੁਣ ਫਿਰ ਖਾਵਾਂਗੇ ਪੀਵਾਂਗੇ ਫਿਰ ਘਰ ਜਾਵਾਂਗੇ ਇਹ ਹੁਣ ਸਾਰੇ ਜਣੇ ਆ ਗਏ ਇੱਥੇ ਖਾਣ ਲੱਗੇ ਨਿਊਡਲਸ ਹੋਰ ਤਾਂ ਕਿਸੇ ਨੇ ਕੁਝ ਖਾਣਾ ਨਹੀਂ ਅਸੀਂ ਤਾਂ ਲੰਗਰ ਖਾ ਕੇ ਆਏ ਹਾਂ ਹਾਂ ਦੋ ਪਲੇਟਾਂ ਲਾ ਦੀ ਯਾਰ ਹੈ ਹਾਫ ਹਾਫ ਹਾਂਜੀ ਮੱਥਾ ਟੇਕ ਲਿਆ ਖਾ ਪੀ ਲਿਆ ਹੋਰ ਕੀ ਤੇ ਚਲੀਏ ਜੀ ਹੁਣ ਪਹਿਲਾਂ ਤਾਂ ਮੰਮੀ ਚੱਲੋ ਹਾਂ ਮੰਮੀ ਬਹਿ ਜਾਣ ਪਹਿਲਾਂ ਹਾਂ ਠੀਕ ਆ ਹਾਂਜੀ ਚਲੀਏ ਜੀ ਬਸ ਹੁਣ ਖਾ ਪੀ ਲਿਆ ਕਿ ਹੋਰ ਕੋਈ ਕੰਮ ਮੋਟੀ ਬੋਲ ਨਹੀਂ ਯਾਰ ਕੁਝ ਕੰਮ ਚਲੋ ਠੀਕ ਆ ਕੋਕ ਲੈਣੇ ਆ ਫਿਰ ਰਸਤੇ ਦੇ ਵਿੱਚ ਦੇਖ ਕੇ ਚਲੋ ਠੀਕ ਸਵਾ 4 ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਘਰ
ਤੇ ਇੱਧਰ ਹੁਣ ਸੁਸਤੀ ਪਈ ਆ, ਨੀਂਦ ਆਉਣ ਡਈ ਆ, ਤੇ ਅਸੀਂ ਹੁਣ ਦੇਖ ਲਓ ਹਜੇ ਦੁਕਾਨੇ ਜਾਣਾ। ਕਿੰਨੇ ਸੋ ਜਾਣਾ? ਮੈਂ ਦੁਕਾਨੇ ਜਾਣਾ, ਬਾਕੀਆਂ ਨੇ ਇਕੱਲੀ ਆ। ਬਹੁਤ ਪੜ੍ਹਨਾ, ਵੈਰੀ ਗੁੱਡ, ਪੜ੍ਹਨਾ ਹੀ ਪੈਣਾ। ਹਾਂਜੀ, ਅਤੇ ਮੈਂ ਹੁਣ ਚੱਲ ਜਾਣਾ ਦੁਕਾਨ 'ਤੇ, ਠੀਕ ਆ ਜੀ, ਆਪਣਾ ਕੰਮ ਕਰਾਂ ਜਾ ਕੇ, ਅਤੇ ਤੁਸੀਂ ਘਰੇ ਹੁਣ ਜੋ ਬਣਾਉਣਾ ਹੋਇਆ ਬਲੌਗ ਬਣਾ ਲਈਓ ਫਿਰ, ਠੀਕ ਆ ਜੀ, ਓਕੇ ਜੀ। ਲਓ ਜੀ, ਇੱਧਰ 6:15 ਹੋ ਗਏ ਆ, ਅਤੇ ਮੰਮੀ ਕਰ ਰਹੇ ਆ ਪਾਠ, ਅਤੇ ਇੱਧਰ ਹੋ ਰਹੀ ਆ ਹੁਣ ਰੈਸਟ, ਅਤੇ ਇੱਧਰ ਹੈਗਾ ਜੀ ਕੱਲ੍ਹ ਪੇਪਰ, ਹੈ ਪੜ੍ਹਾਈ ਚੱਲ ਰਹੀ ਆ। ਇਹ ਕੀ ਸਜ਼ਾ ਹੋਈ ਵੀ ਤੇਰਾ ਪੜ੍ਹਾਈ ਦਾ, ਤੂੰ ਆਪਣਾ ਹੈਂ ਪੜ੍ਹਾਉਂਦੇ ਪਏ ਉਹ ਤਾਂ ਵੱਖਰੀ ਗੱਲ ਆ। ਹਾਂਜੀ, ਕਿੱਦਾਂ ਜੀ, ਥੱਕ ਹੋਇਆ? ਆਹੋ ਥੱਕਦਾ ਹੋਇਆ ਆ, ਮੈਨੂੰ ਆਪ ਦੁਕਾਨ 'ਤੇ ਬੈਠਣ ਨੀਂਦ ਆਈ ਜਾਂਦੀ, ਮੈਂ ਅੱਖਾਂ ਬੰਦ ਕਰਕੇ ਬੈਠਾ ਸੀਗਾ। ਉਹ ਥੱਕ ਹੋਇਆ ਗੱਡੀ ਚਲਾ ਕੇ, ਉਹ ਗੱਡੀ ਚਲਾ ਕੇ ਥੱਕ ਗਏ ਯਾਰ। ਅੱਛਾ ਚਲੋ ਛੱਡੋ ਗੱਲ, ਹਰਮਨ ਆਇਆ ਨੀ? ਓਕੇ, ਆਹੋ ਹਾਂਜੀ, ਕਾਹਦਾ ਪੇਪਰ ਹੈ ਜੀ, ਰਿਟਰਨ ਆ ਕੇ ਅਜੇ ਤਾਂ ਓਰਲ ਹੀ ਆ ਨਾ? ਓਕੇ, ਛੁੱਟੀ ਹੋਣੀ ਕਿ ਸਕੂਲ ਲੱਗਣਾ? ਸਕੂਲ ਲੱਗਣਾ ਆ, ਓਦਾਂ ਆ ਵੀ ਪੇਪਰ ਤੋਂ ਛੁੱਟੀ ਆ, ਇੱਕ ਪੇਪਰ ਇੱਕ ਛੁੱਟੀ, ਇੱਕ ਪੇਪਰ ਇੱਕ ਛੁੱਟੀ, ਛੁੱਟੀ ਵਾਲੇ ਦਿਨ ਵੀ ਕਲਾਸਾਂ, ਹਾਂ ਕਲਾਸਾਂ ਲੱਗਣੀਆਂ ਆ। ਓਕੇ ਜੀ, ਚਲੋ ਕਰੋ ਪੜ੍ਹਾਈ, ਮੈਂ ਚੱਲਾਂ ਸ਼ੋਪ 'ਤੇ, ਫਿਰ ਮੁੜ ਕੇ ਆਉਂਦਾ ਫਿਰ। ਹੋਰ ਚਾਹ ਨਹੀਂ ਪੀਣੀ ਯਾਰ? ਹਾਂ ਤੂੰ ਹੀ ਕਹਿੰਦੀ ਆ, ਇੱਕ ਸੈਕਿੰਡ, ਹਾਂ ਇੱਦਾਂ ਹੀ ਆ। ਹਾਂ ਮੇਰਾ ਕੱਪ ਜ਼ਿਆਦਾ ਨਹੀਂ ਯਾਰ ਪੀਣੀ, ਰਹਿੰਦੇ ਮਨ ਨਹੀਂ ਹੈਗਾ ਚਾਹ ਪੀਣ ਨੂੰ। ਮੈਂ ਦੇਖਦਾ ਜਾ ਕੇ ਪਹਿਲਾਂ ਤਾਂ ਤੇਲ ਪਹੁੰਚ ਜਾਣਾ ਆ, ਸਵੇਰੇ ਛੱਡਣ ਜਾਣਾ ਮੁੰਡੀ ਨੂੰ, ਛੂੜੀ ਤੇਲ ਹੈ ਨੀਗਾ, ਅਤੇ ਬਾਕੀ ਦੇਖਦਾ ਥੋੜ੍ਹਾ ਬਹੁਤਾ ਕੰਮ ਹੋਇਆ ਤਾਂ ਕਰਕੇ ਦੇਵੇ, ਮੁੜੇ ਆਵਾਂਗੇ ਜਿੰਨੇ ਵਜੇ ਕਹੋਗੇ ਆ ਜਾਵਾਂਗੇ। ਕਿੰਨੇ ਵਜੇ ਆਈਏ ਦੱਸੋ, ਦੱਸੋ ਕਿੰਨੇ ਵਜੇ ਆਈਏ? ਜਿੰਨੇ ਵਜੇ ਕਹੋਗੇ ਆ ਜਾਵਾਂਗੇ, ਕੋਈ ਗੱਲ ਨਹੀਂ। ਚਲੋ ਚੱਲਦਾ ਮੈਂ ਫਿਰ ਦੁਕਾਨ 'ਤੇ। ਦਾਦੀ ਬਣਾਉਂਦੇ ਪਏ ਆ ਇੱਧਰ ਬੈਂਗਣ, ਬੈਂਗਣ ਆਲੂ ਬੈਂਗਣ, ਹੈ ਨਾ, ਅਤੇ ਇੱਧਰ ਵੀਡੀਓ ਐਡਿਟ ਹੋ ਰਹੀ ਆ। ਤੁਸੀਂ ਕਰਦੇ ਪਏ ਕੱਪੜੇ ਦਾ ਮੰਮੀ ਲਾਉਂਦੇ ਪਏ ਕੱਪੜੇ ਤੇਰਾ ਸਕੂਲ ਦਾ ਹੋਰ ਹੋ ਗਿਆ, ਹਾਂ ਸਾਰਾ ਹੋ ਗਿਆ। ਸਬਜ਼ੀ ਦਿਖਾ ਦਿੱਤੀ? ਹੋਰ ਦਿਖਾ ਦਿੱਤੀ ਸਬਜ਼ੀ। ਦਾਦੀ ਕਹਿਣ ਲੱਗੀ ਹੁਣ ਪਾਠ, ਪਾਪਾ ਪਾਪੜੇ ਕਦੋਂ ਆਉਣਾ? ਪਾਪਾ ਆਏ ਨਹੀਂ ਹੈਗੇ, ਆਉਣ ਵਾਲੇ ਆ ਬਾਬਾ। ਪਾਪਾ ਹੁਣ ਆਉਣ ਵਾਲੇ ਆ, ਚਲੋ ਰੋਟੀ ਰੋਟੀ ਖਾਂਦੇ ਆ ਆਪਾਂ ਫਿਰ, ਹੈ ਨਾ, ਮਿਲਦੇ ਆ। ਯੱਪ, ਸੁੱਕੀ ਬਣਾਉਂਦੇ ਆ। ਲਓ ਜੀ, ਟਾਈਮ ਹੋ ਗਿਆ 9 ਵੱਜ ਚੱਲੇ ਆ, ਇੱਧਰ ਹਜੇ ਤੱਕ ਹੋ ਰਹੀ ਆ ਪੜ੍ਹਾਈ, ਤੇ ਹੁਣ ਕਹਿੰਦੀ ਪੈਨ ਲੈ ਕੇ ਆਣੇ। ਕਿਹੜੇ ਪੈਨ ਲੈ ਕੇ ਆਣੇ ਆ? ਦੋ ਬਲੈਕ ਪੈਨ ਲੈ ਕੇ ਆਣੇ, ਇੱਕ ਜੈੱਲ ਇੱਕ ਬੋਲ। ਹਾਂ ਹਾਂਜੀ, ਮਾਤਾ ਜੀ ਬੈਠੇ ਹੋ ਤੇ ਚਲੋ ਲਿਆ ਕੇ ਦਿੰਦਾ ਮੈਂ ਹੁਣੇ ਜਾ ਕੇ। ਹਾਂਜੀ, ਕੀ ਕਰੀ ਜਾਂਦੇ ਜੀ? ਰੋਟੀ ਪਾਣੀ ਲੱਥ ਗਈ? ਯਾਰ ਮੈਂ ਦੇਖ ਕੇ ਆਵਾਂ, ਜੇ ਤੋਂ ਛੋਕੀ ਦੁਕਾਨ ਖੁੱਲੀ ਆ, ਵਿੱਕੀ ਦੀ ਦੁਕਾਨ ਤੋਂ ਕਹਿੰਦੀ ਮਿਲ ਜਾਣਾ ਪੈਨ, ਮੈਂ ਦੇਖਦਾ ਜੇ ਮਿਲਦੇ ਤਾਂ, ਇੱਕ ਜੈੱਲ ਤੇ ਇੱਕ ਬੋਲ ਬਲੈਕ ਪੈਨ, ਚਲੋ ਮੈਂ ਲੈ ਕੇ ਆਉਂਦਾ ਜਾ ਕੇ। ਹੈਂ, ਆ ਲਾ ਮੋਟੀ ਫੋਨ ਫੜ ਤੇ ਮੈਂ ਆਇਆ ਲੈ ਕੇ ਫਿਰ ਦੇਖ ਕੇ। ਚੌਕੀ ਦੀ ਸੰਡੇ ਆ ਨਾ ਅੱਜ, ਆਹ ਫੜ ਮੈਂ ਫੋਨ। ਹਾਂਜੀ, ਲਓ ਜੀ, ਰੋਟੀ ਪਾਣੀ ਦੀ ਤਿਆਰੀ ਹੋ ਗਈ ਆ, ਇੱਧਰ ਮੈਡਮ ਦਾ ਅਜੇ ਪੜ੍ਹਨਾ ਹੀ ਚੱਲਦਾ ਪਿਆ ਆ, ਪੈਨ ਹੁਣ ਤੇ ਲਿਆ ਗਿਆ ਇਹਨੂੰ ਦੋ,
ਹਾਂਜੀ ਭਾਜੀ ਉਹ ਤੁਹਾਨੂੰ ਬਾਜਾਂ ਮਾਰ ਮਾਰ ਕੇ ਗਲੇ ਦੁਖਣ ਲੱਗ ਪਏ ਹੈ। ਤੇਰੀ ਮੰਮੀ ਨੇ ਬਾਜ ਮਾਰੀ ਮੈਨੂੰ ਬਾਹਰ ਮੰਜੂ ਮੈਡਮ ਦੇ ਘਰ ਦੇ ਕੋਲ ਸੁਣੀ। ਮੰਜੂ ਮੈਡਮ ਦੇ ਘਰ ਦੇ ਕੋਲ, ਵਿਸ਼ੂ ਹੁਣਾਂ ਦੇ ਘਰ ਦੇ ਕੋਲ ਮੈਨੂੰ ਆਵਾਜ਼ ਸੁਣੀ ਤੇ ਤੈਨੂੰ ਕੋਠੇ ਦੇ ਆਵਾਜ਼ ਨੀ ਸੁਣੀ। ਮੈਂ ਕਿਹਾ ਉਹ ਏਡੀ ਉੱਚੀ, ਮੈਂ ਕਿਹਾ ਫਿਰ ਪਲਕ ਨੂੰ ਬੋਲੀ ਆ। ਹਾਂਜੀ ਆ ਗਈ ਰੋਟੀ। ਜਦੋਂ ਰਜਬ ਗੁੜੀਆਂ ਨੂੰ ਗੁੜੀ ਗੁੜੀਆਂ ਭੂਈ ਨੂੰ ਸੁਣਦੀ ਆ ਨਾ, ਕਹਿੰਦੀ ਕਹਿੰਦੀ ਜਦੋਂ ਮੇਰੀ ਮੰਮੀ ਮੈਨੂੰ ਡਾਂਟਦੀ ਆ, ਕਹਿੰਦੀ ਜਦੋਂ ਮੰਮੀ ਇੱਕ ਮਿੰਟ ਦਿਖਾਉਣਾ, ਜਦੋਂ ਮੇਰੀ ਮੰਮੀ ਮੈਨੂੰ ਡਾਂਟਦੀ ਆ ਨਾ ਤੇ ਮੇਰੀ ਆਵਾਜ਼, ਕਹਿੰਦੀ ਮੰਮੀ ਦੀ ਆਵਾਜ਼ ਰਜਬ ਸੁਣਦੀ ਆ, ਨਾਲ ਹੀ ਗੁੜੀਆਂ ਦਾ ਫੋਨ ਆ ਜਾਂਦਾ, ਭਾਬੀ ਜੀ ਕੀ ਹੋਇਆ। ਲਓ ਜੀ ਬੈਂਕ, ਕਹਿੰਦੀ ਭਾਬੀ ਜੀ ਕੀ ਹੋਇਆ, ਬੜਾ ਸਾਰਾ ਕੰਮ ਤਿਆਰ ਰੱਖ ਕੇ ਕਹਿੰਦੀ ਫੋਨ ਕਰਕੇ, ਕਹਿੰਦੀ ਭਾਬੀ ਜੀ ਕੀ ਹੋਇਆ। ਆ ਅੱਜ ਨਾ ਪਹਿਲਾ ਵਲੌਗ ਆ ਮੇਰੇ ਖਿਆਲ ਚ, ਆਹ ਜਿਹੜਾ ਸਾਰਾ ਹੀ ਮੈਂ ਬਣਾਇਆ ਆ। ਤੁਸੀਂ ਮਾੜੀ ਮੋਟੀ ਕਿਤੇ ਇੱਕ ਅੱਧੀ ਬਣਾਈ ਹੋਗੀ, ਪੂਰੇ ਬਲੌਗ ਦੇ ਵਿੱਚ ਮੈਂ ਨੀ ਆਇਆ, ਨਾ ਪੂਰੇ ਬਲੌਗ ਚ ਨੀ ਮੈਂ ਆਇਆ, ਅੱਜ ਸਾਰਾ ਬਣਾਇਆ ਹੀ ਮੈਂ ਆ। ਨਹੀਂ ਆਇਆ, ਲੋ ਜੀ ਮੈਂ ਕਿਹਾ ਸਾਰੇ ਬਲੌਗ ਮੈਂ ਬਣਾਇਆ, ਬਲੌਗ ਆਇਆ ਨੀ, ਮੰਮੀ ਤੇਰੀ ਫੋਨ ਫੜ ਕਹਿੰਦੀ ਲੋ ਆਇਓ ਫੋਨ ਚ ਬਲੌਗ ਚ। ਚਲੋ ਆਇਓ ਵੀ ਰੋਟੀ ਪਾਣੀ ਖਾਈਏ ਹੁਣ। ਲੋ ਜੀ ਰੋਟੀ ਖਾ ਕੇ ਤੇ ਫਿਰ ਮਿਲਦੇ ਆ ਜੀ। ਨਵੀਂ ਆਈ ਡੀ ਦੇ, ਚਲੋ ਜੀ ਇਹ ਕੁੜੀ ਸਾਡੀ ਨੇ ਨਵੀਂ ਆਈ ਡੀ ਬਣਾਈ, ਅੱਜ ਪਹਿਲੀ ਰੀਲ ਪਾਈ ਆ ਤੇ 50 ਫੋਲੋਵਰ ਚ ਹੋ ਚੱਲਿਆ ਜੀ, ਪਹਿਲੀ ਰੀਲ ਪਾਈ ਆ ਤੇ ਚਲੋ ਸਾਰੇ ਜਣੇ ਫੋਲੋ ਕਰ ਲੋ। ਪੱਚੀ ਸੌ ਲੋ ਜੀ, 2500 ਵਿਊ ਪਹਿਲੀ ਰੀਲ ਤੇ 2500 ਵਿਊ ਆ ਗਿਆ। ਤੇ ਆ ਕੁੜੀ ਹੁਣ ਸਾਡੀ ਨਵੀਂ, ਇਹ ਕੁੜੀ ਹੁਣ ਨਵੀਂ ਸਾਡੀ ਸਟਾਰ ਜੀ, ਇਹਨੂੰ ਸਾਰੇ ਜਣੇ ਫੋਲੋ ਕਰੋ ਜੀ, ਹੁਣ ਇੰਸਟਾਗ੍ਰਾਮ ਤੇ ਫੋਲੋ ਕਰੋ। ਹਾਂਜੀ ਹਾਂਜੀ ਲਓ ਜੀ ਹੁਣ ਖਾਣ ਲੱਗਿਆ ਜੀ ਰੋਟੀ, ਸਾਰੇ ਜਣੇ ਰੋਟੀ ਅਸੀਂ ਇਕੱਠੇ ਖਾਈ ਦੀ ਸਾਰੇ ਜਣੇ ਹਮੇਸ਼ਾ, ਰਾਤ ਦੀ ਤੇ ਖਾਸ ਕਰਕੇ, ਦਿਨ ਦੀ ਚਲੋ ਕੋਈ ਇੱਧਰ ਉੱਧਰ ਬੰਦਾ ਗਿਆ ਹੋਵੇ ਤਾਂ ਫਿਰ ਮਾੜੀ ਮੋਟੀ ਹੋਈ ਦੀ ਆ। ਅਸੀਂ ਪੰਜੇ ਜਣੇ, ਅਸੀਂ ਹੁਣ ਪੰਜ ਜਣੇ ਰੋਟੀ ਸੇਮ ਖਾਂਦੇ ਆ, ਬਸ ਆਹੀ ਇੱਕ ਇਕੱਲੀ ਖਾਂਦੀ ਅਲੱਗ। ਦੇਖ ਇੱਧਰ ਇੱਧਰ ਦੇਖ, ਦੇਖਣ ਲਈ ਕਿਹਾ ਤੈਨੂੰ ਇਹਨੂੰ। ਚਲੋ ਠੀਕ ਆ ਜੀ ਰੋਟੀ ਪਾਣੀ ਖਾ ਕੇ ਮਿਲਦੇ ਹਾਂ, ਮੈਨੂੰ ਚੇਤਾ ਭੁੱਲ ਗਿਆ ਪਹਿਲਾਂ ਬਲੌਗ ਬਣਾਉਣ ਦਾ, ਵਿੱਚ ਫਿਰ ਮੈਨੂੰ ਕਿਹਾ ਵੀ ਰੋਟੀ ਦਾ ਬਣਾਇਆ ਨੀ, ਮੈਂ ਕਿਹਾ ਚੇਤਾ ਹੀ ਭੁੱਲ ਗਿਆ। ਲੂਣ ਪਾਇਆ ਨਾ ਕਰੋ, ਜਿਹਨੂੰ ਲੋੜ ਆ ਬਾਅਦ ਚ ਪਾ ਲਵੇ। ਹਾਂ ਗਾ ਪਤਾ ਕੀ, ਜਿਹਨੂੰ ਲੋੜ ਆ ਨਾ ਉਹ ਮੁੜ ਕੇ ਲੂਣ ਆਪਣੇ ਐਕਸਟਰਾ ਪਾ ਲਵੇ ਮੈਂ। ਚਲੋ ਪ੍ਰਿੰਸੀਪਲ ਮੈਮ ਕੋ ਜਾਣੀ ਕਾਪੀਆਂ, ਸਜਾਓ ਸਜਾਓ ਲੋ ਜੀ, ਫੋਨ ਦੀ ਵੀ ਬੈਟਰੀ ਲੋ ਹੋ ਗਈ ਆ, ਚਾਰਜ ਨਾ ਲਾਈਓ ਇਹਨੂੰ ਕਦੇ ਤੁਸੀਂ, ਬੈਟਰੀ ਲੋ ਹੋ ਗਈ ਆ ਹੁਣ। ਚਲੋ ਠੀਕ ਆ ਜੀ ਮਿਲਦੇ ਹੁਣ ਰੋਟੀ ਪਾਣੀ ਖਾ ਕੇ। ਲੋ ਜੀ 9:30 ਹੋ ਗਏ ਆ ਤੇ ਹਾਂਜੀ ਕਿੱਦਾਂ ਜੀ ਹੋ ਗਿਆ ਰਸੋਈ ਦਾ ਕੰਮ? ਹਾਂਜੀ ਕਿੱਦਾਂ ਮਹਾਰਾਜ ਕੀ ਕਰੀ ਜਾਂਦਾ? ਹੋ ਗਈ ਰਸੋਈ ਦਾ ਕੰਮ ਸਾਰਾ ਜੀ, ਦੁੱਧ ਨੂੰ ਵਾਲਾ ਆ ਗਿਆ, ਦੁੱਧ ਲੇਟ ਲੈ ਕੇ ਆਏ ਨਾ, ਭਾਂਡੇ ਭੁੰਡੇ ਚੱਕ ਕੇ ਸਾਰੇ। ਚਲੋ ਹਾਂ ਆਜੋ ਫੇ ਤੇ ਆ ਆਪਣਾ ਕੰਮ ਕਰੀ ਜਾਂਦਾ। ਹਾਂਜੀ
ਇਹਦਾ ਹਜੇ ਤੱਕ ਸਕੂਲ ਦਾ ਕੰਮ ਨਹੀਂ ਮੁੱਕਣ ਡਿਆ ਹੈਗਾ, ਸਵੇਰੇ ਪੇਪਰ ਆ, ਸਾਰਾ ਸਾਲ ਪੜ੍ਹਨਾ ਨਹੀਂ ਅਤੇ ਹੁਣ ਪੜ੍ਹਨ 'ਤੇ ਲੱਗ ਜ਼ੋਰ ਦਿੱਤਾ ਆ ਕਹੋ ਤਾਂ ਮੈਨੂੰ ਪਤਾ, ਮੈਂ ਤਾਂ ਉੱਦਾਂ ਮਜ਼ਾਕ ਕਰਦਾ ਹੱਸਦਾ ਹਾਂ, ਕੰਮ ਹੀ ਸਕੂਲ ਵਾਲਿਆਂ ਨੇ ਬਹੁਤ ਲੇਟ ਭੇਜਿਆ। ਹਾਂਜੀ ਮਾਤਾ ਜੀ ਬੈਠੇ ਬਹੁਤ ਸਕੂਲ ਹੈ, ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ, ਉਹਨੂੰ ਪਤਾ ਮੈਂ ਮਜ਼ਾਕ, ਜਦੋਂ ਮੈਂ ਮਜ਼ਾਕ ਕਰਦਾ ਉਹਨੂੰ ਪਤਾ ਹੁੰਦਾ ਨਾ ਮੱਲੂ, ਹਾਂ ਇੱਦਾਂ ਨਹੀਂ ਮੇਰੇ ਗੱਲ ਪੈਂਦੀ ਹੈ, ਨਹੀਂ ਕੰਪਲੀਟ ਤਾਂ ਕਰਨੀ ਪੈਣੀ, ਹਾਂ ਕੰਪਲੀਟ ਤਾਂ ਕਰਨੀ ਪੈਣੀ। ਚਲੋ ਚਲੋ ਚਲੋ, ਹੈ ਹਾਂ ਸ਼ਾਇਦ ਨੰਬਰ ਨੰਬਰ ਵੱਧ ਜਾਣ। ਚਲੋ ਠੀਕ ਹੈ ਜੀ, ਲਓ ਜੀ ਇੱਧਰ ਹੋ ਗਏ 10:30 ਅਤੇ ਇੱਧਰ ਭੈਣ ਜੀ ਦਾ ਹਜੇ ਤੱਕ ਕੰਮ ਨਹੀਂ ਮੁੱਕਿਆ ਅਤੇ ਇੱਧਰ ਦੇਖਦੀਆਂ ਪਈਆਂ ਰੀਲਾਂ, ਫੇਰ ਅੱਜ ਦੋਨੋਂ ਜਣੀਆਂ ਬਹਿ ਗਏ ਅਤੇ ਇੱਧਰ ਹਜੇ ਕੰਮ ਹੀ ਨਹੀਂ ਮੁੱਕਦਾ ਹੈਗਾ। ਹਾਂ ਉਹ ਚਲਾ ਗਿਆ ਕੋਠੇ 'ਤੇ ਆਪਣੀ ਵੀਡੀਓ ਬਣਾਉਣ, ਉਹ ਉੱਧਰ ਬੈਠੀ ਲੰਮੀ ਪਈ ਫੋਨ ਦੇਖੀ ਜਾਂਦੀ ਆ, ਮੈਂ ਇਕੱਲਾ ਹੀ ਹਾਂ ਬਸ ਇੱਧਰ ਉੱਧਰ ਫਿਰਦਾ। ਹੈਂ ਹਾਂ ਮੇਰੇ ਕੋਲ ਟਾਈਮ ਹੈ ਨਹੀਂ ਇੰਨਾ ਫੋਨ ਦੇਖਣ ਦਾ, ਮੇਰੇ ਕੋਲ ਟਾਈਮ ਹੈ ਨਹੀਂ ਇੰਨਾ ਫੋਨ ਦੇਖਣ ਦਾ। ਚਲੋ ਇੱਦਾਂ ਕਰੋ ਬਲੌਗ ਦਾ ਐਂਡ ਕਰੋ ਯਾਰ, ਮਤਲਬ ਤੁਸੀਂ ਕੋਈ ਸਬਸਕ੍ਰਾਈਬ ਕਰੀਓ। ਚਲੋ ਠੀਕ ਹੈ ਜੀ, ਓਕੇ ਜੀ, ਬਾਏ ਜੀ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ, ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ। ਥੈਂਕ ਯੂ।